ਲੈ ਵੀ ਸੱਜਣੋ ਖੇਤਾਂ ਦੇ ਵਿੱਚ ਘਰ ਪਾਉਣ ਦੇ ਫਾਇਦੇ ਤਾਂ ਬਹੁਤ ਹੁੰਦੇ ਆ। ਇੱਧਰ ਆਪਣਾ ਘਰ ਆ ਗਿਆ ਇੱਧਰ, ਅਤੇ ਸਭ ਤੋਂ ਵੱਡਾ ਦੁੱਖ ਹੁੰਦਾ ਵੇਸਟ ਪਾਣੀ ਕੱਢਣ ਦਾ, ਕਿ ਵੇਸਟ ਪਾਣੀ ਕਿੱਥੇ ਕੱਢਿਆ ਜਾਵੇ। ਆਪਣੇ ਦੇਖੋ ਇੱਧਰ ਹਾਲਾਤ ਕਾਫੀ ਮਾੜੇ ਹੋਏ ਪਏ ਸੀਗੇ, ਅਤੇ ਪਾਈਪਲਾਈਨ ਪਾਉਣ ਲੱਗੇ ਹੁਣ ਆਪਾਂ ਇੱਥੋਂ ਪਾਈਪਲਾਈਨ ਜਾ ਕੇ, ਅਤੇ 1.5 ਕਿੱਲਾ ਕਰੀਬ ਆਪਣਾ ਖੇਤ ਪਿੱਛੇ ਆ ਅਤੇ ਉੱਥੇ ਪਾਉਣੀ ਆ। ਅਤੇ ਇੱਥੇ ਥੋੜ੍ਹਾ ਜਿਹਾ ਔਖਿਆਈ ਜ਼ਿਆਦਾ ਹੋ ਗਈ ਕਿਉਂਕਿ ਗਿੱਲਾ ਕਰਕੇ ਡਿੱਗ ਪਈਆਂ ਢਿੱਗਾਂ, ਅਤੇ ਹਾਲਾਤ ਅੱਜ ਆਪਣੇ ਵੀ ਇਹੋ ਜਿਹੇ ਹੋਏ ਪਏ ਆ। ਕਈ ਤਾਂ ਚੱਲੀ ਜਾਂਦਾ ਕੰਮ, ਹੋ ਸਕਦਾ ਥੋੜ੍ਹਾ ਸਾਹ ਵੀ ਚੜਿਆ ਦਿਖਦਾ ਹੋਵੇ ਤੁਹਾਨੂੰ, ਮਹਿਸੂਸ ਹੋਊਗਾ। ਅਤੇ 6 ਇੰਚੀ ਪਾਈਪ ਪਾਉਣ ਲੱਗੇ ਆਪਾਂ, ਝਰੀ ਕੱਲ੍ਹ ਮਾਰਤੀ ਸੀ ਅਤੇ ਅੱਜ ਮਿਸਤਰੀ ਆ ਗਿਆ ਪਾਈਪ ਪਾਉਣ ਵਾਲਾ। ਅਤੇ ਮੈਂ ਚਲੋ ਵੀਡੀਓ ਸਾਂਝੀ ਕਰ ਗਏ ਪਾਈਪਲਾਈਨ 'ਤੇ ਕੀ ਖਰਚਾ ਆਉਂਦਾ ਵਾ, ਕੀ ਰੇਟ ਪੈਂਦੀ ਆ, ਇਹਦੇ ਨਾਲ ਇਹ ਬਣਾ ਲੈਂਦੇ ਆ ਇੱਥੇ ਜੁਆਇੰਟ ਨੂੰ ਕਰਨ ਨੂੰ। ਜੁਆਇੰਟ ਵੈਸੇ ਨਹੀਂ ਲਾਉਣਾ ਪੈਂਦਾ ਇਹ 'ਤੇ। ਅਤੇ ਇਹ ਪਾਈਪ ਜਿਹੜੇ ਆ ਨਾ ਆਪਾਂ ਨੂੰ ਇਹ ਮਿਲੇ ਆ 55 ਰੁਪਈਏ ਕਿਲੋ, 20 ਫੁੱਟ ਦਾ ਪਾਈਪ 55 ਰੁਪਈਏ ਕਿਲੋ। ਇੱਕ ਪਾਈਪ ਤਕਰੀਬਨ ਬਣਦਾ 17-18 ਕਿਲੋ ਦਾ, 1000 ਰੁਪਏ ਦੇ ਆਸ ਪਾਸ ਇੱਕ ਪਾਈਪ ਪੈਂਦਾ 6 ਇੰਚੀ, ਕਿਉਂਕਿ ਪਾਣੀ ਘਰਦਾ ਥੋੜ੍ਹਾ ਹੀ ਸੀਗਾ ਤਾਂ ਕਰਕੇ ਉਹਨਾਂ ਦੇ ਵੀ 6 ਇੰਚੀ ਪਾ ਦੇ ਬਹੁਤ ਆ। ਮੈਂ ਤਾਂ ਸੋਚਿਆ ਸੀ ਵੀ 8 ਇੰਚੀ ਪਾਵਾਂ, 8 ਇੰਚੀ ਪਾਈਪ 25 ਕਿਲੋ ਦਾ ਹੁੰਦਾ ਵਾ, 1400-1500 ਦਾ ਬਣਦਾ ਵਾ। ਅਤੇ ਇਸ ਤੋਂ ਇਲਾਵਾ ਕੁਛ ਸਲੋਸ਼ਨ ਐਲਬੋ ਵਗੈਰਾ ਕੁਛ ਖਰਚੇ ਉਹ ਆ ਜਾਂਦੇ ਆ। ਅਤੇ ਜਿਹੜੀ ਪਟਾਈ ਆ 12 ਰੁਪਏ, ਅਤੇ ਮਿਸਤਰੀ ਦੀ ਲੇਬਰ ਹੁੰਦੀ ਆ 5 ਰੁਪਏ, 5 ਰੁਪਏ ਉਹ ਹੁੰਦੀ ਆ। ਇੱਧਰ ਇਹਨਾਂ ਨੇ ਆਹ ਦੇਖੋ ਇੱਧਰ ਤਾਂ ਭਰੀ ਵੀ ਆਉਂਦੇ ਨਾਲ ਦੀ ਨਾਲ ਪਾ ਤੇ, ਇੱਥੋਂ ਇੱਧਰ ਨੂੰ ਲੈ ਕੇ ਜਾਣਾ ਹੁਣ ਕੰਮ। ਅਤੇ ਕਿੱਲੇ ਦਾ ਲਾਈਏ ਜੇ ਖਰਚਾ ਆਪਾਂ ਤਾਂ 10 ਕੁ ਪੈਪ ਪੈਂਦੇ ਆ ਕਿੱਲੇ ਦੇ, ਜੇ 8 ਇੰਚੀ ਲਾਈਏ ਤਾਂ 15,000 ਦੇ, ਇਹ 6 ਇੰਚੀ 10,000 ਦੇ, 10-10,500 ਦੇ ਪਾਈਪ, ਅਤੇ 3500 ਰੁਪਈਆ ਲੇਬਰ ਬਣਦੀ ਆ, ਯਾਨੀ ਕਿ 15,000 ਰੁਪਈਆ ਇੱਕ ਕਿੱਲੇ ਦਾ ਖਰਚਾ ਆਉਂਦਾ ਵਾ। ਅਤੇ ਆਪਣਾ ਉਹ ਅੱਗੇ ਖੇਤ ਆ, ਅਤੇ ਚੱਲਦੇ ਉੱਧਰ ਨੂੰ ਵੀ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ। ਉੱਧਰ ਆਪਾਂ ਟੋਆ ਮਾਰ ਦੇਣਾ ਕਾਫੀ ਵੱਡਾ ਵੇਸਟ ਪਾਣੀ ਵਾਸਤੇ। ਖੇਤ ਦੇ ਵਿੱਚ ਘਰ ਦਾ ਇਹੀ ਇੱਕ ਦੁੱਖ ਆ ਬਸ, ਕਿ ਵੇਸਟ ਪਾਣੀ ਵਾਸਤੇ ਬਹੁਤ ਕੁਛ ਕਰਨਾ ਪੈਂਦਾ ਵਾ, ਪਰ ਸੈਟਿੰਗ ਨਹੀਂ ਆਉਂਦੀ। ਜਿਹਦਾ ਨਾਲ ਖੇਤ ਲੱਗਦਾ ਵਾ ਤਾਂ ਨੇੜੇ ਛੱਡ ਲੈਂਦਾ, ਪਰ ਉਹਦਾ ਦੁੱਖ ਇਹ ਹੁੰਦਾ ਵਾ ਕਿ ਮੁਸ਼ਕ ਬਹੁਤ ਮਾਰਨ ਲੱਗ ਪੈਂਦਾ ਵਾ। ਆਪਣਾ ਚਲੋ ਖੇਤ ਦੂਰ ਆ, ਟੋਆ ਇੱਥੇ ਕੱਢ ਦਾਂਗੇ, ਇੱਥੇ ਇਹ ਪ੍ਰੋਬਲਮ ਨਹੀਂ ਆਊਗੀ ਬਾਅਦ 'ਚ ਆਪਾਂ ਨੂੰ, ਇਹ ਵੀ ਮੁਸ਼ਕ ਮਾਰੂਗਾ ਜਾਂ ਕੁਛ। ਪਿੰਡਾਂ ਦੇ ਵਿੱਚ ਚਲੋ ਨਾਲੀਆਂ ਬਣੀਆਂ ਹੁੰਦੀਆਂ, ਪਾਈਪ ਲਾਈਨਾਂ ਵੀ ਪੈ ਜਾਂਦੀਆਂ ਸਰਕਾਰੀ, ਅਤੇ ਖੇਤ ਦੇ ਵਿੱਚ ਤਾਂ ਫਿਰ ਆਪ ਨੂੰ ਹੀ ਕਰਨਾ ਪੈਂਦਾ ਸਾਰਾ ਕੁਛ। ਅਤੇ ਲਓ ਆਪਣਾ ਆ ਗਿਆ ਖੇਤ, ਇੱਥੋਂ ਸ਼ੁਰੂ ਹੋ ਜਾਂਦਾ ਵਾ ਬਿਲਕੁਲ ਗੁੱਟ 'ਤੇ, ਅਤੇ ਇੱਧਰ ਉਹ ਕੱਢ ਵੀ ਗਏ ਆ ਵੀ ਕਿੱਥੇ ਕੁ ਅਤੇ ਕਿਵੇਂ ਆ। ਲਓ ਜੀ ਆਹ ਲਾ ਗਏ ਇੱਥੇ, ਇਸ ਜਗ੍ਹਾ 'ਤੇ ਆਪਾਂ ਟੋਆ ਮਾਰ ਦਾਂਗੇ, ਇੱਥੇ ਇੱਕ ਐਲਬੋ ਲੱਗ ਗਿਆ, ਅਤੇ ਇੱਥੇ ਟੋਆ ਮਾਰ ਕੇ ਅਤੇ ਪਾਣੀ ਇਹ 'ਚ ਪਈ ਜਾਊਗਾ ਖੁੱਲ੍ਹਾ, ਕੋਈ ਪਰਵਾਹ ਨਹੀਂ, ਫਿਰ ਬੇਫਿਕਰੇ ਹੋ ਜਾਵਾਂਗੇ। ਅਤੇ ਖਰਚਾ ਇਹੀ ਆ ਵੀ 15,000 ਰੁਪਇਆ ਆਉਂਦਾ ਵਾ, ਬਾਕੀ 8 ਇੰਚੀ ਦਾ ਥੋੜ੍ਹਾ ਵੱਧ ਜਾਂਦਾ ਵਾ, ਉਹ 25 ਕਿਲੋ ਦਾ ਪਾਈਪ ਹੁੰਦਾ, ਇਹ 17-18 ਦਾ ਹੁੰਦਾ ਵਾ। ਅਤੇ ਮੇਰੇ ਹਿਸਾਬ ਨਾਲ ਜੇ 10 ਇੰਚੀ ਖੇਤਾਂ ਵਾਲਾ ਪਾਉਣਾ ਹੋਵੇ ਤਾਂ ਉਹ ਤਕਰੀਬਨ ਹੋਊਗਾ 32-35 ਕਿਲੋ ਦਾ ਪਾਈਪ, ਅਤੇ ਫੈਕਟਰੀ 'ਚੋਂ ਸਿੱਧਾ ਲੈ ਲਵੇ, ਕਈ 60 ਵੀ ਮੰਗੀ ਜਾਂਦੇ ਆ, ਬਾਕੀ ਕੁਆਲਿਟੀ ਦੇ ਸਿਰ 'ਤੇ ਹੁੰਦਾ ਅਲੱਗ ਅਲੱਗ। ਅਤੇ ਮੈਂ ਤਾਂ ਸਪੈਸ਼ਲੀ ਚਲੋ ਮੈਂ ਰੇਟ ਦੱਸ ਦਈਏ, ਜਿਹਨੇ ਕਿਸੇ ਨੇ ਕਹਾਂ ਪਾਈਪਲਾਈਨ ਪਾਉਣੀ ਹੋਊਗੀ
ਰੇਟਾਂ ਦਾ ਪਤਾ ਮੈਨੂੰ ਨਹੀਂ ਪਤਾ ਸੀ ਬਿਲਕੁਲ ਇਹਦਾ ਕਿ ਕੀ ਰੇਟ ਚੱਲਦਾ ਕੀ ਹੈਗਾ ਹਿਸਾਬ ਕਿਤਾਬ ਫੈਕਟਰੀ ਫੁਕਟਰੀ ਮਹਾ ਲੱਭੀ ਇਹ ਅਤੇ ਫਿਰ ਜਾ ਕੇ ਗੱਲਬਾਤ ਬਣੀ ਧੰਨਵਾਦ ਜੀ।